ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੀ ਬਹੁਮਤ ਦੇ ਨਾਲ ਜਿੱਤ ਚੁੱਕੀ ਹੈ। ਵਿਧਾਨ ਸਭਾ ਹਲਕਾ ਦਿੜਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਇਕੱਲੇ ਹੀ ਸਵੇਰੇ ਸੈਰ ਕਰਦੇ ਦਿਖਾਈ ਦਿੱਤੇ। ਗੱਲਬਾਤ ਕਰਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਦੀ ਪੂਰੀ ਪਾਰਟੀ ਵੱਡੀ ਬਹੁਮਤ ਦੇ ਨਾਲ ਜਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ ਬਲਕਿ ਪਿੰਡਾਂ ਤੇ ਮੁਹੱਲਿਆਂ ਦੇ ਵਿੱਚੋਂ ਚੱਲੇਗੀ। ਇਸ ਵਾਰ ਲੋਕਾਂ ਦੀ ਜਿੱਤ ਹੋਈ ਹੈ। ਹੋਰ ਕੀ ਕੁਝ ਕਿਹਾ ਹਰਪਾਲ ਸਿੰਘ ਚੀਮਾ ਨੇ, ਆਓ ਸੁਣ ਲੈਂਦੇ ਹਾਂ। ਚੀਮਾ ਸਾਹਿਬ ਆ ਰਹੇ ਨੇ, ਸਤਿ ਸ਼੍ਰੀ ਅਕਾਲ ਚੀਮਾ ਸਾਹਿਬ। ਸਰਕਾਰ ਬਣ ਚੁੱਕੀ ਹੈ ਹੁਣ, ਟੈਨਸ਼ਨ ਫਰੀ ਹੋ ਗਈ ਹੈ, ਹੁਣ ਕੰਮ ਸ਼ੁਰੂ ਹੋਏਗਾ ਤੁਹਾਡਾ ਜੀ? ਬਿਲਕੁਲ, ਮੈਂ ਸਮਝਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਸਾਡੇ ਸਿਰ ਆਮ ਆਦਮੀ ਪਾਰਟੀ ਸਿਰ ਜਿਹੜੀ ਆ ਯੂਨੀਵਰਸਿਟੀ ਸੌਂਪੀ ਆ, ਉਹਨੂੰ ਬਾਖੂਬੀ ਨਿਭਾਵਾਂਗੇ। ਔਰ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ, ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਇੱਕ ਵੱਡਾ ਮੈਂਡੇਟ, ਵੱਡੀ ਇਤਿਹਾਸਿਕ ਜਿਹੜੀ ਜਿੱਤਾ ਉਹ ਆਮ ਆਦਮੀ ਪਾਰਟੀ ਦਿੱਤੀ ਆ। ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉੱਤੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਗਾ, ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ 'ਤੇ ਮੋਹਰ ਲਾਈ ਹੈਗੀ। ਸੋ ਇੱਕ ਬਦਲਾਅ ਦੀ ਜਿਹੜੀ ਸ਼ੁਰੂਆਤ ਪੰਜਾਬ 'ਚ ਹੋ ਚੁੱਕੀ ਹੈ। ਚੀਮਾ ਸਾਹਿਬ, ਕੋਈ ਗਨਮੈਨ ਨਹੀਂ ਹੈਗਾ ਬਿਨਾਂ ਸਿਕਿਉਰਿਟੀ ਤੋਂ, ਕੀ ਕਹੋਗੇ? ਬਿਲਕੁਲ, ਮੈਂ ਤਾਂ ਪਹਿਲਾਂ ਵੀ ਸਿੰਪਲੀ ਰਹਿਣਾ ਗਾ, ਮੇਰਾ ਤੈਨੂੰ ਪਤਾ ਨੇੜੇ ਘਰ ਹੈਗਾ। ਬਿਲਕੁਲ, ਸਿਕਿਉਰਿਟੀ ਦੀ ਕੋਈ ਜ਼ਰੂਰਤ ਨਹੀਂ, ਸਾਡੇ ਲੋਕ ਸਾਡੀ ਸਿਕਿਉਰਿਟੀ ਨੇ। ਜਿਨ੍ਹਾਂ ਲੋਕਾਂ ਨੇ ਸਾਨੂੰ ਲੱਖਾਂ ਦੀ ਗਿਣਤੀ 'ਚ ਵੋਟਾਂ ਪਾਈਆਂ ਨੇ, ਉਹਨਾਂ ਤੋਂ ਸਾਨੂੰ ਕਿਸ ਚੀਜ਼ ਦਾ ਡਰ? ਚੀਮਾ ਸਾਹਿਬ, ਵੱਡੇ ਵੱਡੇ ਥੰਮ ਡਿੱਗ ਗਏ, ਵੱਡੇ ਵੱਡੇ ਲੀਡਰ ਸੀਗੇ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੀ ਕਹੋਗੇ? ਕੈਪਟਨ ਸਾਹਿਬ ਵੀ ਹਾਰ ਗਏ, ਕੀ ਹੋਇਆ ਐਤਕੀ? ਇੰਨੀ ਤਾਂ ਬੇਬ ਨੇ, ਇਸ ਵਾਰ ਪੰਜਾਬ ਦੇ ਲੋਕਾਂ ਨੇ ਸਿਸਟਮ ਬਦਲਿਆ ਗਾ, ਜਿਹੜਾ ਇੱਕ ਗੰਧਲਾ ਸਿਆਸੀ ਸਿਸਟਮ ਹੋ ਚੁੱਕਿਆ ਸੀ, ਜਿਹਨੇ ਮੈਂ ਸਮਝਦਾ ਪੰਜਾਬ ਦੇ ਬਹੁਤ ਸਾਰੇ ਚੀਜ਼ਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ, ਅੱਜ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਾਈਡ 'ਤੇ ਲਾਇਆ ਗਾ, ਇਹਨਾਂ ਦੀ ਨੀਤੀਆਂ ਨੂੰ ਰੱਦ ਕੀਤਾ ਗਾ। ਅਰਵਿੰਦ ਕੇਜਰੀਵਾਲ ਜੀ ਦਾ ਗੁੱਡ ਗਵਰਨੈਂਸ ਦਾ ਮਾਡਲ, ਐਜੂਕੇਸ਼ਨ ਦਾ ਮਾਡਲ, ਹੈਲਥ ਦਾ ਮਾਡਲ ਦੇ ਲੋਕਾਂ ਨੇ ਮੋਹਰ ਲਾਈ ਆ। ਔਰ ਸਰਦਾਰ ਭਗਵੰਤ ਸਿੰਘ ਮਾਨ ਜੀ, ਮਾਨ ਜੀ ਦੀ ਸਖਤ ਮਿਹਨਤ ਆ, ਇਮਾਨਦਾਰੀ ਆ, ਉਸ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ। ਹੁਣ ਅੱਗੇ ਕੈਬਨਿਟ ਦਾ ਵਿਸਤਾਰ ਹੋਣਾ ਗਾ, ਕਦੋਂ ਕੰਮ ਤੋਂ ਸਟਾਰਟ ਹੋ ਜਾਣਾ? ਤੁਸੀਂ ਤਾਂ ਹਜੇ ਹਮੇਸ਼ਾ ਵਿਰੋਧ ਕਰਦੇ ਆਏ ਹੋ ਸਰਕਾਰਾਂ ਦਾ, ਅਤੇ ਹੁਣ ਤੁਹਾਡਾ ਵੀ ਵਿਰੋਧ ਹੋ ਸਕਦਾ ਗਾ? ਦੇਖੋ, ਆਮ ਆਦਮੀ ਪਾਰਟੀ ਦੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਗਰੰਟੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਨੇ ਦਿੱਤੀਆਂ ਨੇ, ਉਹਨਾਂ ਗਰੰਟੀਆਂ ਦੇ ਉੱਤੇ ਆਮ ਆਦਮੀ ਪਾਰਟੀ 100% ਪਹਿਰਾ ਲੈ ਕੇ ਕੰਮ ਕਰੂਗੀ। ਔਰ ਪੰਜਾਬ ਵਿੱਚੋਂ ਭ੍ਰਿਸ਼ਟਾਚਾਰੀ ਦਾ ਖਾਤਮਾ ਹੋਊਗਾ, ਬੇਰੁਜ਼ਗਾਰੀ ਜਿਹੜੀ ਆ ਉਹ ਖਤਮ ਕੀਤੀ ਜਾਊਗੀ, ਲੋਕਾਂ ਦੇ ਵਿੱਚ ਰੁਜ਼ਗਾਰ ਪੈਦਾ ਕੀਤਾ ਜਾਊਗਾ, ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ। ਵੱਡੀਆਂ ਜ਼ਿੰਮੇਵਾਰੀਆਂ ਨੇ, ਬਿਲਕੁਲ ਬਾਖੂਬੀ ਨਿਭਾਵਾਂਗੇ। ਕੱਲ੍ਹ ਸਾਡੀ ਵਿਧਾਇਕ ਦਲ ਦੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਗਾ। ਔਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਗਵਰਨਰ ਸਾਹਿਬ ਕੋਲ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਔਰ 16 ਤਰੀਕ ਨੂੰ, 16 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਪਿੰਡ ਦੇ ਵਿੱਚ ਖਟਕੜ ਕਲਾਂ ਦੇ ਵਿੱਚ ਇੱਕ ਵੱਡਾ ਸਮਾਗਮ ਹੋਊਗਾ, ਜਿੱਥੇ ਜਾ ਕੇ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਸ਼ਪਥ ਗ੍ਰਹਿਣ ਕਰਨਗੇ। ਚੀਮਾ ਸਾਹਿਬ, ਕੈਬਨਿਟ ਵੀ ਬਣੇਗੀ, ਕੀ ਲੱਗਦਾ ਗਾ ਕੈਬਨਿਟ ਦੇ ਵਿੱਚ ਤੁਸੀਂ ਆਓਗੇ, ਡਿਪਟੀ ਸੀ ਐਮ ਬਣਾਏ ਜਾਣਗੇ? ਦੇਖੋ, ਇਸ ਤਰ੍ਹਾਂ ਦੀ ਕੋਈ ਵੀ ਕਿਸੇ ਕਿਸਮ ਦੀ ਚਰਚਾ ਨਹੀਂ। ਮੈਂ ਤਾਂ ਪਹਿਲਾਂ ਵੀ ਬਤੌਰ ਇੱਕ ਵਰਕਰ ਕੰਮ ਕਰਦਾ ਸੀ, ਅੱਜ ਵੀ ਬਤੌਰ ਵਰਕਰ ਕੰਮ ਕਰਦਾ। ਸਾਡੇ ਵਿੱਚ ਅਹੁਦਿਆਂ ਦੀ ਕੋਈ ਲਾਲਸਾ ਜਾਂ ਦੌੜ ਨਹੀਂ ਹੈਗੀ, ਅਸੀਂ ਤਾਂ ਪੰਜਾਬ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ। ਉਹ ਕਿੰਨਾ ਕੁ ਪਾਉਂਦੇ ਹਾਂਗੇ ਸਮਾਂ ਦੱਸੂਗਾ, ਪਰ ਲੇਕਿਨ ਅਸੀਂ ਆਪਦਾ ਜਿੰਨਾ ਵੀ ਸਮਾਂ ਗਾ ਪੰਜਾਬ ਨੂੰ ਬਚਾਉਣ ਦੇ ਵਿੱਚ, ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ, ਪੰਜਾਬ ਦੀ ਤਰੱਕੀ ਦੇ ਵਿੱਚ ਉਹ ਬਿਲਕੁਲ ਬਾਖੂਬੀ ਪਾਵਾਂਗੇ। ਚੀਮਾ ਸਾਹਿਬ, ਸਮਝਦੇ ਨਹੀਂ ਵੀ ਉਹ ਦੌਰ, ਜਿਹੜੇ ਪੁਰਾਣੇ ਪੋਲੀਟੀਸ਼ੀਅਨ ਸੀ ਉਹਨਾਂ ਦੇ ਬੇਟੇ ਵੀ ਪੋਲੀਟਿਕਸ ਦੇ ਵਿੱਚ ਆ ਰਹੇ ਸੀਗੇ, ਦੌਰ ਖਤਮ ਹੋ ਗਏ, ਵੱਡੇ ਜਿਹੜੇ ਤੁਸੀਂ ਪੁਰਾਣੇ ਕਹਿੰਦੇ ਹੋ ਪੋਲੀਟੀਸ਼ੀਅਨ, ਉਹ ਦੌਰ ਖਤਮ ਹੋ ਗਏ, ਉਹਨਾਂ ਦਾ ਸਮਾਂ ਖਤਮ ਹੋ ਗਿਆ। ਇਹ ਨਵੇਂ ਲੋਕਾਂ ਦੀ ਜਿਹੜੀ ਮੂਵਮੈਂਟ ਆਈ ਆ, ਨਵੇਂ ਲੋਕ ਜਿਹੜੇ ਹੈਗੇ ਨੇ ਆਏ ਨੇ ਕਿ ਪੰਜਾਬ ਜਿਹੜਾ ਸਿਸਟਮ ਨੂੰ ਬਦਲਣਾ ਚਾਹੁੰਦਾ ਸੀ, ਪੰਜਾਬ ਬਦਲਾਅ ਪਾ ਰਿਹਾ ਸੀ। ਸਿਸਟਮ ਬਦਲਣ ਦੇ ਲਈ ਅਰਵਿੰਦ ਕੇਜਰੀਵਾਲ ਜੀ ਵੱਲੋਂ, ਭਗਵੰਤ ਮਾਨ ਜੀ ਵੱਲੋਂ ਇੱਕ ਅਪੀਲ ਕੀਤੀ ਕਿ ਸਾਨੂੰ ਇੱਕ ਮੌਕਾ ਦਿਓ, ਅਸੀਂ ਇੱਕ ਮੌਕੇ ਦੇ ਵਿੱਚ ਪੰਜਾਬ ਨੂੰ ਬਿਲਕੁਲ ਪੰਜਾਬ ਦੀ ਆਰਥਿਕਤਾ ਨੂੰ ਲੀਹਾਂ 'ਤੇ ਲੈ ਕੇ ਆਵਾਂਗੇ, ਪੰਜਾਬ ਦੇ ਹਰ ਇੱਕ ਵਰਗ ਨੂੰ ਸਹੂਲਤਾਂ ਦੇਵਾਂਗੇ। ਉਸ ਦੇ ਉੱਤੇ ਲੋਕਾਂ ਨੇ ਮੋਹਰ ਲਾਈ ਹੈ, ਬਹੁਤ ਵੱਡੀ ਇਤਿਹਾਸਿਕ ਜਿੱਤ ਹੋਈ ਆ। ਵੱਡੇ ਵੱਡੇ ਜਿਹੜੇ ਕਹਿੰਦੇ ਸੀ 10 ਵਾਰ ਜਿੱਤੇ ਆ, 5 ਵਾਰ ਜਿੱਤੇ ਆ, ਉਹਨਾਂ ਦੀ ਹਾਰ ਇਸ ਗੱਲ ਕਰਕੇ ਹੋਈ ਆ ਕਿਉਂਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਕੀਤਾ। ਜਿਸ ਤਰ੍ਹਾਂ ਭਗਵੰਤ ਮਾਨ ਸੀ ਐਮ ਸਾਹਿਬ ਨੇ ਕੱਲ੍ਹ ਕਿਹਾ ਗਾ ਕਿ ਪਿੰਡਾਂ ਦੇ ਵਿੱਚ, ਵਾਰਡਾਂ ਦੇ ਵਿੱਚ ਜਿਹੜੀ ਰਾਜਨੀਤੀ ਹੋਏਗੀ, ਵੀ ਚੰਡੀਗੜ੍ਹ ਕਿਸੇ ਵੀ MLA ਜਾਂ ਮੰਤਰੀ ਨੇ ਨਹੀਂ ਬੈਠਣਾ, ਉੱਥੇ ਹੀ ਆ ਕੇ ਜਾਣਾਗਾ ਲੋਕਾਂ ਦੇ ਵਿੱਚ। ਬਿਲਕੁਲ, ਸਾਨੂੰ ਲੋਕਾਂ ਨੇ ਜਿਤਾਇਆ ਗਾ, ਜਿਨ੍ਹਾਂ ਲੋਕਾਂ ਨੇ ਜਿਤਾਇਆ ਗਾ, ਜਿਨ੍ਹਾਂ ਲੋਕਾਂ ਨੇ ਸਾਡੇ ਹੱਕ 'ਚ ਵਿੱਚ ਵੋਟ ਕੀਤੀ ਆ, ਆਪਣਾ ਫਤਵਾ ਦਿੱਤਾ ਗਾ, ਆਪਣੇ ਮਤ ਦਾ ਪ੍ਰਯੋਗ ਕੀਤਾ ਗਾ, ਸਾਨੂੰ ਉਹਨਾਂ ਸਹੂਲਤਾਂ, ਜਿਨ੍ਹਾਂ ਸਹੂਲਤਾਂ ਉਹਨਾਂ ਨੂੰ ਮਿਲੀਆਂ ਚਾਹੀਦੀਆਂ, ਬਿਲਕੁਲ ਉਹਨਾਂ 'ਚ ਵਿੱਚ ਰਹਿ ਕੇ ਦਿੱਤੀਆਂ ਜਾ ਸਕਦੀਆਂ, ਦੁੱਖਾਂ ਦਰਦਾਂ ਦਾ ਹੱਲ ਉਹਨਾਂ 'ਚ ਰਹਿ ਕੇ ਕੀਤਾ ਜਾ ਸਕਦਾ। ਬਿਲਕੁਲ, ਇਹ ਬਾਖੂਬੀ ਜਿਸ ਤਰ੍ਹਾਂ ਮਾਨ ਸਾਹਿਬ ਨੇ ਸਾਨੂੰ ਜਿਹੜਾ ਹੈਗਾ ਨਿਰਦੇਸ਼ ਦਿੱਤੇ ਨੇ, ਉਹਨਾਂ ਦੀ ਬਾਖੂਬੀ ਪਾਲਣਾ ਕੀਤੀ ਜਾਊ। ਹੁਣ ਅਫਸਰ ਵੀ ਜਾਇਆ ਕਰਨਗੇ ਪਿੰਡਾਂ ਦੇ ਵਿੱਚ, ਵਾਰਡ ਅਫਸਰ ਵੀ ਪਿੰਡਾਂ 'ਚ ਜਾਣਗੇ। ਅਫਸਰ ਵੀ ਕੋਈ ਇਹ ਨਹੀਂ ਹੈਗਾ ਕਿ AC ਕਮਰਿਆਂ 'ਚ ਬਹਿ ਕੇ ਫੈਸਲੇ ਕਰਨਗੇ, ਅਫਸਰ ਵੀ ਲੋਕਾਂ ਜਾ ਕੇ ਫੈਸਲੇ ਕਰਿਆ ਕਰਨਗੇ।
जी जरूर तुसी का आम लोग हो जिस शहर भी उसी तरीके नाल ही कर रहे हो। ब्यूरो रिपोर्ट सफर टीवी।